ਸਤਿ ਸ਼੍ਰੀ ਅਕਾਲ ਜੀ ਬੀਬੀ ਬੱਤੀ ਨਵਾਂ ਸ਼ਹਿਰ ਦੇਖ ਰਹੇ ਹੋ ਦੋਸਤੋ ਇਸ ਵੇਲੇ ਜੀ ਇੱਕ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਸ਼੍ਰੀ ਮੁਕਤਸਰ ਸਾਹਿਬ ਦੇ ਕੋਰਟ ਕੰਪਲੈਕਸ 'ਚ ਗੋਲੀ ਚੱਲੀ ਹੈ ਅਤੇ ASI ਦੀ ਮੌਤ ਹੋ ਗਈ ਹੈ ਖਬਰ ਦੀ ਪੂਰੀ ਜਾਣਕਾਰੀ ਦੇ ਦਈਏ ਤਾਂ ਦੱਸ ਦਈਏ ਸ਼੍ਰੀ ਮੁਕਤਸਰ ਸਾਹਿਬ ਕੋਰਟ ਕੰਪਲੈਕਸ ਦੇ ਬਖਸ਼ੀਖਾਨੇ 'ਚ ਗੋਲੀ ਚੱਲਣ ਨਾਲ ASI ਦੀ ਮੌਤ ਹੋਣ ਦੀ ਜਾਣਕਾਰੀ ਪ੍ਰਾਪਤ ਹੋਈ ਹੈ ਦੱਸਿਆ ਜਾ ਰਿਹਾ ਕਿ ਮੁਕਤਸਰ ਪੁਲਿਸ ਲਾਈਨ ਵਿੱਚ ਹਾਜ਼ਰ ASI ਕੁਲਵਿੰਦਰ ਸਿੰਘ ਕੈਦੀਆਂ ਦੀ ਪੇਸ਼ੀ ਲਈ ਉਹਨਾਂ ਨੂੰ ਮਾਣਯੋਗ ਅਦਾਲਤ ਵਿੱਚ ਲੈ ਕੇ ਆਇਆ ਸੀ ਜਿੱਥੇ ਗੋਲੀ ਲੱਗਣ ਕਾਰਨ ਉਸਦੀ ਮੌਤ ਹੋ ਗਈ ਹੈ ਘਟਨਾ ਸੰਬੰਧੀ ਪਤਾ ਲੱਗਣ 'ਤੇ ਐਸ.ਪੀ. ਕੁਲਵੰਤ ਰਾਏ DSP ਜਗਦੀਸ਼ ਕੁਮਾਰ ਨੇ ਮੌਕੇ 'ਤੇ ਪਹੁੰਚ ਕੇ ਜਾਂਚ ਕੀਤੀ ਹੈ ਗੱਲਬਾਤ ਕਰਦਿਆਂ DSP ਜਗਦੀਸ਼ ਕੁਮਾਰ ਨੇ ਦੱਸਿਆ ਕਿ ਮ੍ਰਿਤਕ ASI ਕੁਲਵਿੰਦਰ ਸਿੰਘ ਪੁਲਿਸ ਲਾਈਨ 'ਚ ਡਿਊਟੀ ਕਰਦੇ ਸਨ ਅੱਜ ਸਵੇਰੇ ਉਹ ਕੈਦੀਆਂ ਨੂੰ ਪੇਸ਼ੀ ਕਰਕੇ ਮਾਣਯੋਗ ਅਦਾਲਤ 'ਚ ਲੈ ਕੇ ਆਏ ਸਨ ਇਸੇ ਦੌਰਾਨ ਉਸਦੇ ਜਿਹੜੇ ਸਾਥੀ ਮੁਲਾਜ਼ਮ ਸਨ ਉਹ ਕਾਗਜ਼ੀ ਕਾਰਵਾਈ ਕਰ ਰਹੇ ਸਨ ਜਿਸ ਤੋਂ ਬਾਅਦ ਅਚਾਨਕ ASI ਦੀ ਸਰਵਿਸ ਕਰਬਾਈਨ 'ਚੋਂ ਗੋਲੀ ਚੱਲ ਗਈ ਅਤੇ ਉਸਦੀ ਮੌਕੇ 'ਤੇ ਹੀ ਮੌਤ ਹੋ ਗਈ ਉਹਨਾਂ ਕਿਹਾ ਕਿ ਪੁਲਿਸ ਵੱਲੋਂ ਮਾਮਲੇ ਦੀ ਜਿਹੜੀ ਅਗਲੇਰੀ ਜਾਂਚ ਹੈ ਉਹ ਸ਼ੁਰੂ ਕਰ ਦਿੱਤੀ ਗਈ ਹੈ ASI ਕੁਲਵਿੰਦਰ ਸਿੰਘ ਸੀ ਜਿਹੜੇ ਪੁਲਿਸ ਲਾਈਨ 'ਚੋਂ ਡਿਊਟੀ ਆਏ ਸੀ ਪੇਸ਼ੀ ਡਿਊਟੀ ਆਉਂਦੀ ਸਾਡੀ ਜਿਹੜੇ ਮੁਲਜ਼ਮ ਕੋਰਟ ਦੇ ਵਿੱਚ ਪੇਸ਼ੀ ਹੁੰਦੀ ਹੈ ਅਤੇ ਉਹ ਦੂਸਰੇ ਮੁਲਾਜ਼ਮ ਨਾਲ ਦੇ ਜਿਹੜੇ ਸੀ ਉਹ ਉਹਨਾਂ ਦੇ ਸਾਹਮਣੇ ਵਗੈਰਾ ਚੈੱਕ ਕਰ ਰਹੇ ਸੀ ਅਚਾਨਕ ਗੋਲੀ ਚੱਲ ਗਈ ਅਤੇ ਦੇਖਿਆ ਤਾਂ ਕਿ ਇਸ ਦੀ ਜਿਹੜੀ ਗੋਲੀ ਲੱਗੀ ਹੋਈ ਸੀ ਅਤੇ ਅਸੀਂ ਮੌਕੇ 'ਤੇ ਪਹੁੰਚੇ ਹਾਂ ਇਨਵੈਸਟੀਗੇਟ ਕਰ ਰਹੇ ਹਾਂ ਕਿ ਅਤੇ ਉਸ ਤੋਂ ਬਾਅਦ ਇਹਨਾਂ ਦੇ ਪੇਰੈਂਟਸ ਵੀ ਬੁਲਾਏ ਨੇ ਅਤੇ ਜੋ ਐਜ਼ ਪਰ ਲੀਗਲ ਇਨਵੈਸਟੀਗੇਟ ਕਰਾਂਗੇ ਜੋ ਹੋਇਆ ਉਹ ਕਾਰਵਾਈ ਕਰਾਂਗੇ ਵੈਪਨ ਇਹ ਆਪਦਾ ਨਾਲ ਲੈ ਕੇ ਆਇਆ ਸੀ ਜਦੋਂ ਡਿਊਟੀ 'ਤੇ ਉਹਨੇ ਵੈਪਨ ਇਸ਼ੂ ਕਰਾ ਕੇ ਲਿਆਉਂਦੇ ਨੇ ਇਹ ਕਾਰਵਾਈ ਨੇ ਇਸ਼ੂ ਕਰਾ ਕੇ ਨਾਲ ਲੈ ਕੇ ਆਇਆ ਹੋਇਆ ਸੀ ਇਹ ਹੁਣੇ ਥੋੜ੍ਹੇ ਦਿਨਾਂ ਤੋਂ ਹੀ ਤਕਰੀਬਨ 2 ਮਹੀਨੇ ਤੋਂ ਇੱਥੇ ਪੁਲਿਸ ਲਾਈਨ 'ਚ ਆਇਆ ਸੀ ਪਹਿਲਾਂ ਇੱਕ ਐਕਸਾਈਜ਼ ਡਿਪਾਰਟਮੈਂਟ 'ਚ ਸੀਗਾ ਅਤੇ ਅੱਜ ਕੈਦੀ ਮਾਰਨਿੰਗ ਲੈ ਕੇ ਆਏ ਨੇ ਅਤੇ ਇੰਸੀਡੈਂਟ ਜਿਹੜਾ ਹੋ ਗਿਆ ਕਿੰਨੀ ਕੇਜ ਹੈ ਸਰ ਇਹਨਾਂ ਦੀ ਕੋਈ ਆਈਡੀਆ ਇਹ ਕੋਈ 69 ਦਾ ਬੋਰਨ ਹੈਗਾ ਤਾਂ ਮਤਲਬ 53 ਦੇ ਪਲੱਸ ਜੇ ਬਣਦੀ ਇਹਦੀ ASI ਕੁਲਵਿੰਦਰ ਸਿੰਘ ਸੀ ਜਿਹੜੇ ਪੁਲਿਸ ਲਾਈਨ 'ਚੋਂ ਡਿਊਟੀ ਆਏ ਸੀ ਪੇਸ਼ੀ ਡਿਊਟੀ ਆਉਂਦੀ ਸਾਡੀ ਜਿਹੜੇ ਮੁਲਜ਼ਮ ਕੋਰਟ ਦੇ ਵਿੱਚ ਪੇਸ਼ੀ ਹੁੰਦੀ ਹੈ ਅਤੇ ਉਹ ਦੂਸਰੇ ਮੁਲਾਜ਼ਮ ਨਾਲ ਦੇ ਜਿਹੜੇ ਸੀ ਉਹ ਉਹਨਾਂ ਦੇ ਸਾਹਮਣੇ ਵਗੈਰਾ ਚੈੱਕ ਕਰ ਰਹੇ ਸੀ ਅਚਾਨਕ ਗੋਲੀ ਚੱਲ ਗਈ ਅਤੇ ਦੇਖਿਆ ਤਾਂ ਕਿ ਇਸ ਦੀ ਜਿਹੜੀ ਗੋਲੀ ਲੱਗੀ ਹੋਈ ਸੀ ਅਤੇ ਅਸੀਂ ਮੌਕੇ 'ਤੇ ਪਹੁੰਚੇ ਹਾਂ ਇਨਵੈਸਟੀਗੇਟ ਕਰ ਰਹੇ ਹਾਂ ਕਿ ਅਤੇ ਉਸ ਤੋਂ ਬਾਅਦ ਇਹਨਾਂ ਦੇ ਪੇਰੈਂਟਸ ਵੀ ਬੁਲਾਏ ਨੇ ਅਤੇ ਜੋ ਐਜ਼ ਪਰ ਲੀਗਲ ਇਨਵੈਸਟੀਗੇਟ ਕਰਾਂਗੇ ਜੋ ਹੋਇਆ ਉਹ ਕਾਰਵਾਈ ਕਰਾਂਗੇ ਵੈਪਨ ਇਹ ਆਪਦਾ ਨਾਲ ਲੈ ਕੇ ਆਇਆ ਸੀ ਜਦੋਂ ਡਿਊਟੀ 'ਤੇ ਉਹਨੇ ਵੈਪਨ ਇਸ਼ੂ ਕਰਾ ਕੇ ਲਿਆਉਂਦੇ ਨੇ ਇਹ ਕਾਰਵਾਈ ਨੇ ਇਸ਼ੂ ਕਰਾ ਕੇ ਨਾਲ ਲੈ ਕੇ ਆਇਆ ਹੋਇਆ ਸੀ ਇਹ ਹੁਣੇ ਥੋੜ੍ਹੇ ਦਿਨਾਂ ਤੋਂ ਹੀ ਤਕਰੀਬਨ 2 ਮਹੀਨੇ ਤੋਂ ਇੱਥੇ ਪੁਲਿਸ ਲਾਈਨ 'ਚ ਆਇਆ ਸੀ ਪਹਿਲਾਂ ਇੱਕ ਐਕਸਾਈਜ਼ ਡਿਪਾਰਟਮੈਂਟ 'ਚ ਸੀਗਾ ਅਤੇ ਅੱਜ ਕੈਦੀ ਮਾਰਨਿੰਗ ਲੈ ਕੇ ਆਏ ਨੇ ਅਤੇ ਇੰਸੀਡੈਂਟ ਜਿਹੜਾ ਹੋ ਗਿਆ ਕਿੰਨੀ ਕੇਜ ਹੈ ਸਰ ਇਹਨਾਂ ਦੀ ਕੋਈ ਆਈਡੀਆ ਇਹ ਕੋਈ 69 ਦਾ ਬੋਰਨ ਹੈਗਾ ਤਾਂ ਮਤਲਬ 53 ਦੇ ਪਲੱਸ 'ਚ ਬਣਦੀ ਇਹਦੀ